ਚਲੋ ਜੀ ਬੂਟਾ ਜੀ ਲਓ। ਉਹ ਯਾਰ ਕੀ ਇਨਸਾਨ ਆ ਯਾਰ, ਉਹ ਬੂਟਿਆਂ ਦੇ ਫਿੱਕੇ। ਆਸ਼ਿਕ ਸਾਹਿਬ ਦਾ ਹਾਲ ਦੇਖੋ ਯਾਰ ਇਸ ਬੰਦੇ ਦਾ। ਬੂਟਾ ਜੀ ਜਾਗ ਰਹੇ ਹੋ? ਸੁੱਤੇ ਤੇ ਨਹੀਂ? ਓਕੇ ਫਿਰ ਜਾਗਦੇ ਰਹਿਣਾ। ਜੇ ਇਹ ਜਾਗ ਰਿਹਾ ਤੇ ਫਿਰ ਇਹਦਾ ਮਤਲਬ ਅਸੀਂ ਸੁੱਤੇ ਹਾਂ। ਆਹੋ ਇਹਨੂੰ ਜੁਗਤਾ ਮਾਰ ਦਰਾ ਸੁੱਤੇ ਪਏ ਨੂੰ। ਅੱਛਾ ਬੂਟਾ ਜੀ ਮੈਂ ਕਿਹਾ ਇੱਕੋ ਉਂਗਲ ਵਾਲਾ ਹੱਥ ਹੁੰਦਾ ਈ ਓਏ ਬੂਟੇ। ਓ ਬੂਟੇ ਓਏ ਸੁੱਤਾ ਪਿਆ ਭਾਈ ਯਾਰ ਉਹਦੀਆਂ ਆਵਾਜ਼ਾਂ ਤੇ ਸੋਹਣੀ ਯਾਰ ਆਵੇਗੀ। ਓਏ ਸਲੰਸਰ ਚ ਚਰਸ ਭਰੀ ਹੁੰਦੀ। ਹੈਲੋ ਬੂਟੇ ਬੂਟੇ ਓਏ ਉੱਠਿਆ ਉੱਠਿਆ ਹਾਏ ਹਾਏ ਵਾਹ ਵਾਹ ਕੀ ਅਦਾਵਾਂ ਨੇ ਯਾਰ, ਤੌਬਾ ਕਸਮੇ ਤੌਬਾ ਅਦਾਵਾਂ ਨੇ। ਵੇਖ ਤੇ ਸੀ ਲੈ ਇਹ ਭਲਾ ਕੀ ਸੋਚ ਰਿਹਾ ਜੀ। ਹਾਂ ਇਹ ਸੋਚ ਰਿਹਾ ਆ ਦੇਖ ਦਰਾ, ਲਗਤਾ ਹੈ ਗਲਤ ਜਗ੍ਹਾ ਪੇ ਬੇਟੀ ਕਾ ਰਿਸ਼ਤਾ ਕਰ ਲਿਆ ਹੈ। ਆਸ਼ਿਕ ਸਾਹਿਬ ਹਾਂਜੀ, ਉਹ ਤੁਸੀਂ ਬੈਠੇ ਨੀ ਤੇ ਆਵਾਜ਼ ਕਿੱਥੋਂ ਆ ਰਹੀ ਤੁਹਾਡੀ? ਪਿੱਛੇ ਉਹ ਪਿੱਛੇ ਹਾਲੇ ਮੈਂ ਭਾਜੀ ਆਸ਼ਿਕ ਸਾਹਿਬ। ਹਾਂਜੀ ਹਾਂਜੀ ਜਨਾਬ। ਯਾਰ ਇੱਕ ਪਾਸੇ ਉਹ ਇੱਕ ਯਾਰ ਲੈ ਉਹ ਤੋ ਯਾਰ ਉੱਠੇ ਕੁਛ ਨਹੀਂ ਕੁਛ ਨਹੀਂ ਸੌ ਜਾ ਤੋ ਭਾਈ ਕਸਮ। ਹੈਲੋ ਬੂਟਾ ਜੀ ਕੱਖ ਨਹੀਂ। ਹਾਂਜੀ ਉਹਨੂੰ ਲੱਗਦਾ ਸਾਡੀਆਂ ਆਵਾਜ਼ਾਂ ਨਹੀਂ ਜਾ ਰਹੀਆਂ। ਵਾਹ ਚਲੋ ਬੂਟਾ ਜੀ ਅਸੀਂ ਸਾਰੇ ਪ੍ਰੋਗਰਾਮ ਸ਼ੁਰੂ ਕਰੀਏ, ਬਿਸਮਿਲਾ ਕਰੀਏ, ਚਲੋ ਪ੍ਰੋਗਰਾਮ ਸ਼ੁਰੂ ਕਰੀਏ। ਉੱਠੋ ਹੋਸ਼ ਕਰੋ। ਬੁਟਾਈ ਬੁਟਾ ਜੀ ਚਲੋ ਪ੍ਰੋਗਰਾਮ ਸ਼ੁਰੂ ਕਰੀਏ, ਮਾਈਕ ਚੈੱਕ ਕਰਾਓ ਸਾਰੇ ਜਣੇ ਯਾਰ ਪਲੀਜ਼ ਮਿਹਰਬਾਨੀ ਕਰੋ। ਆਵਾਜ਼ ਆ ਰਹੀ ਬੂਟਾ ਜੀ? ਆਵਾਜ਼ ਆ ਰਹੀ ਹੈ? ਕੀ ਆ ਰਹੀ ਹੈ? ਅੱਛਾ ਬਈ ਇਹ ਪ੍ਰੋਗਰਾਮ ਬਣਾਉਣ ਵਾਲਿਆ ਤੈਨੂੰ ਅੱਲਾ ਹੀ ਪੁੱਛੇਗਾ, ਦੁਨੀਆਂ ਦੇ ਕਿਸੇ ਚੈਨਲ 'ਤੇ ਇੱਦਾਂ ਦਾ ਪ੍ਰੋਗਰਾਮ ਨਹੀਂ ਚੱਲਦਾ ਹੋਣਾ ਯਾਰ। ਕੀ ਆਏ ਇਹ ਕੌਣ ਬੰਦਾ, ਕੀ ਕਰਨ ਆਇਆ ਬੂਟਾ? ਇਹਦਾ ਕੀ ਨਾਂ, ਇਹਦਾ ਕੀ ਕੰਮ ਆ ਟੀਵੀ 'ਤੇ? ਲੈ ਦੱਸ ਯਾਰ, ਕੈਮਰੇ ਚੱਲਣ ਦੇ ਸੁੱਤਾ? ਚਲੋ ਆਸ਼ਿਕ ਸਾਹਿਬ ਆਡੀਓ ਲੈਵਲ ਦਿਓ। ਓਕੇ ਜੀ ਹੈਲੋ ਹੈਲੋ ਆਡੀਓ ਲੈਵਲ ਮੇਰਾ ਵੀ ਚੈੱਕ ਕਰ ਰਿਹਾ ਯਾਰ ਕਿਹੜਾ ਉਹ। ਓਏ ਕੁੜੀ ਕੌਣ ਆ ਸੋਹਣੀ ਜੀ, ਆ ਕੌਣ ਆਈ ਹੈ? ਹਾਂ ਮੈਨੂੰ ਪਤਾ ਝੂਠ ਬੋਲਦਾ ਤੁਸੀਂ ਯਾਰ। ਬੂਟੇ ਦਾ ਆਡੀਓ ਲੈਵਲ ਤੁਸੀਂ ਜਿਹੜਾ ਨਾ ਉਹਦੇ ਖਰਾਟਿਆਂ ਤੋਂ ਚੈੱਕ ਕਰ ਲਓ, ਮੁਸਲਸਲ ਖਰਾਟੇ ਵੱਜ ਰਹੇ, ਉਹਨੂੰ ਬੁਲਾਉਣ ਦੀ ਕੀ ਲੋੜ ਆ ਯਾਰ? ਬੂਟਾ ਜੀ ਤੁਹਾਡੀ ਮਿਹਰਬਾਨੀ, ਅੱਗੇ ਤੋਂ ਤੁਸੀਂ ਘਰ ਸੌ ਕੇ ਆਉਣਾ ਯਾਰ। ਕੀ ਆ ਮੈਂ ਤੇਰੇ ਪੱਲਿਓਂ ਸੌਣੇ ਯਾਰ? ਮੇਰੇ ਪੱਲਿਓਂ ਕੀ ਸੌਣਾ, ਨੀਂਦ ਕਿਹੜਾ ਮਿਲਦੀ ਆਪਣਾ ਵੀ ਜਾ ਕੇ ਕਹੀਦਾ ਯਾਰ ਅੱਧਾ ਕਿਲੋ ਨੀਂਦ ਤੋਲ ਦੇ। ਅਗਲਾ ਦੁਕਾਨਦਾਰ ਪੁੱਛੇ ਕਿਹੜੀ ਰਾਤ ਦੀ ਲੈਣੀ ਆ ਕਿ ਦਿਨੇ ਵਾਲੀ, ਕਿਸ ਟਾਈਮ ਦੀ ਲੈਣੀ? ਚੱਲ ਯਾਰ ਉੱਠ ਪਿਆ ਬੂਟਾ ਜੀ, ਬਸ ਕਰ ਨਾ। ਉਹ ਯਾਰ ਚਲੋ ਇਹਨੂੰ ਸੁੱਤਾ ਰਹਿੰਦੇ ਹੋ, ਅਸੀਂ ਆਪ ਪ੍ਰੋਗਰਾਮ ਕਰ ਲੈਣੇ ਯਾਰ। ਚੱਲ ਬੋਲ ਤੂੰ ਸ਼ੁਰੂ ਕਰ। ਮੈਂ ਕਰਾਂ। ਆ ਤਾਂ ਤੁਸੀਂ ਕਿੱਦਾਂ ਕਰੋ, ਇੰਝ ਤਾਂ ਨਹੀਂ, ਇੰਝ ਤਾਂ ਲੋਕ ਕਹਿਣਗੇ ਯਾਰ ਰਾਤੀ ਬੂਟੇ ਵਾਲਾ ਐਪੀਸੋਡ ਵੇਖਿਆ ਜਿਹ 'ਚੋਂ ਸੁੱਤਾ ਹੀ ਰਹਿੰਦਾ। ਚਲੋ ਮਿਹਰਬਾਨੀ ਕਰੋ, 1 2 3 ਕੈਮਰਾ ਐਕਸ਼ਨ। ਬੂਟਾ ਜੀ ਸਟੈਂਡ ਬਾਏ। ਅੱਗੇ ਵੀ ਚੱਲ ਸਟੈਂਡ ਬਾਏ। ਚਲੋ ਯਾਰ ਬੂਟਾ ਜੀ ਖੁਦਾ ਦਾ ਨਾਂ, ਮੇਰਾ ਦਿਮਾਗ ਭੀੜ ਹੋਣ ਲੱਗ ਪਿਆ ਯਾਰ। ਯਾਰ ਮੈਂ ਲੈ ਹੁਣ ਨਵਾਂ ਕੰਮ ਲੱਭ ਲਿਆ, ਇਹ ਕੀ ਹੋਣ ਲੱਗਾ? ਲੈ ਕੁਛ ਨਹੀਂ, ਐਨਕ ਵੀ ਸਿੱਧੀ ਕਰ ਲਾ, ਕੋਟ ਵੀ ਹੋਰ ਵੀ ਕੋਈ ਕੰਮ ਕਰ ਲਾ। ਉਹ ਚੱਲ ਬਕਵਾਸ ਨਾ ਕਰ, ਸ਼ੁਰੂ ਕਰ। ਹਾਂਜੀ ਚਲੋ ਬੂਟਾ ਜੀ, ਕਿਊ ਕੈਮਰਾ ਐਕਸ਼ਨ ਸਟੈਂਡ ਬਾਏ। ਨੀਚੇ ਵਾਲੇ ਸਪੀਕਰ ਮੈਂ ਆਵਾਜ਼ ਨਹੀਂ ਆ ਰਹੀ। ਅੱਛਾ ਬਾਈ ਤੇਰਾ ਦੇਹਾਂਤ ਹੋ ਜਾਏ ਕਿਤੇ ਮਰੇ, ਤੂੰ ਲੱਥ ਜੇ ਮਗਰੋਂ ਸਾਡਿਓ, ਪਾਕਿਸਤਾਨ ਦੇ ਸਭ ਤੋਂ ਲੀਚੜ ਬੁੱਢੇ। ਇੱਕ ਤੇ ਇਸ ਕਿਸਮ ਦੀ ਵਰਾਇਟੀ ਲੱਭਣੀ ਨਹੀਂ ਸਾਨੂੰ, ਦੂਜੀ ਨਹੀਂ ਤਾਂ ਬੰਦਾ ਕੋਈ ਹੋਰ ਲੱਭ ਲੈਂਦਾ। ਬੂਟਾ ਜੀ ਮਜ਼ਾਕ ਬਹੁਤ ਹੋ ਗਿਆ, ਸ਼ੁਰੂ ਕਰ ਲਾ, ਖੁਦਾ ਦਾ ਨਾਂ ਹੀ ਬੂਟੇ। ਤੇਰੀ ਮਿਹਰਬਾਨੀ, ਬਹੁਤ ਮਜ਼ਾਕ ਹੋ ਗਿਆ, ਅਸੀਂ ਵੀ ਜਾਣਾ ਕਿਤੇ। ਆਹੋ
ਕੀ ਦੇਖੀ ਜਾਂਦਾ ਯਾਰ, ਕੀ ਹੈ ਤੂੰ? ਕੀ ਤੇਰੇ ਦਿਮਾਗ 'ਚ ਚੱਲਣ ਦੇ? ਕਿਹੜੀ ਸ਼ਾਇਦ ਤੈਨੂੰ ਅੱਜ ਕੀ ਗੱਲ ਹੋਈ ਹੈ? ਹੁਣ ਦੇਖ ਯਾਰ, ਹੁਣ ਆਵਾਜ਼ ਆ ਰਹੀ ਤੈਨੂੰ ਮੇਰੀ? ਸਹੀ ਬਹੁਤ ਘੱਟ ਹੈ। ਉਹ ਵਧਾ ਯਾਰ, ਹੋਰ ਸਿਆਪਾ ਮਕਾ ਇਹਦਾ ਯਾਰ ਇਹਦਾ। ਹੁਣ ਹੁਣ ਠੀਕ ਆ ਰਹੀ? ਦੇਖ ਉੱਦਾਂ ਦੀ ਹੈ ਯਾਰ, ਉੱਦਾਂ ਦੀ ਹੈ ਤਾਂ ਫਿਰ ਇੱਦਾਂ ਹੀ ਰਹਿਣ ਦੇ ਯਾਰ, ਮੇਰਾ ਦਿਮਾਗ ਖਰਾਬ ਹੋ ਗਿਆ, ਮੇਰੇ ਕੋਲ ਨਹੀਂ ਪ੍ਰੋਗਰਾਮ ਹੁੰਦਾ। ਨਾਜ਼ਰੀਨ ਮੈਂ ਕਹਿ ਦਿੰਦਾ, ਨਾਜ਼ਰੀਨ ਬ੍ਰੇਕ ਤੋਂ ਬਾਅਦ ਆਉਂਦੇ ਦੁਬਾਰਾ, ਮਿਹਰਬਾਨੀ। ਵੇਖਿਆ ਮੈਂ ਸੈੱਟ ਕੀਤਾ ਕਿ ਨਹੀਂ? ਚੱਲ ਬਾਈ ਸ਼ੁਰੂ। ਅਸਲਾਮ ਵਾਲੇਕੁਮ ਨਾਜ਼ਰੀਨ, ਨਾਜ਼ਰੀਨ ਕੋਈ ਨੂੰ ਚੈਨਲ ਬੋਲਿਆ, ਬਹੁਤ ਹੀ ਹਰ ਜੀ ਲਜ਼ੀਜ਼ ਪ੍ਰੋਗਰਾਮ ਕਲਰਬਾਜ਼ੀ ਮੈਂ ਮਾਹੂ ਆਪਕਾ ਹੋਸਟ ਚਾਚਾ ਬੂਟ। ਮੇਰੇ ਸਾਥ ਆਸ਼ਿਕ ਸਾਹਿਬ ਬੈਠੇ, ਵੇਖੋ ਜਿਹੜਾ ਸਿਰਫ ਛਿੱਟਾਂ ਪਾਉਣ ਵਾਲੇ ਬਾਂਬੜ ਕਾ ਮੂੰਹ ਇਹਦਾ। ਔਰ ਮੇਰੇ ਜੋ ਅਜਾ ਬਾਏ ਹੱਥ ਬੈਠੇ ਆ ਚਮਕੀਲਾ ਸਾਹਿਬ, ਸਹੀ ਨਾਮ ਇਸਕਾ ਬਿਸ਼ੀ ਖਾਨ ਆ, ਪਰ ਮੈਂ ਉਨਕੇ ਜੋ ਬਿਊਟੀ ਕਾ ਵੋ ਦੇਖਤੇ ਹੋਏ ਉਨਕਾ ਨਾਮ ਰੱਖਾ ਹੈ ਚਮਕੀਲਾ ਸਾਹਿਬ। ਆਪ ਵੀ ਦੇਖੇਂਗੇ ਤੋ ਆਪ ਕਹਿੰਗੇ ਬਿਲਕੁਲ ਸਹੀ ਨਾਮ ਰੱਖਾ। ਔਰ ਮਸਲਾ ਇਹ ਮੈਨੇ ਨਹੀਂ ਬਤਾਉਣਾ ਨਾਜ਼ਰੀਨ, ਮੈਂ ਖੁਦ ਬਤਾਏਗਾ, ਕਿਉਂ ਮੈਨੇ ਗਲਤ ਦੱਸਦਾ ਤਾਂ ਫਿਰ ਫੰਬਲ ਹੋ ਗਿਆ। ਮੁਝੇ 9 ਲੱਖਾਂ ਮੰਗਵਾ ਦੇ ਰਹੇ ਹੋ ਸਹੀਆਂ ਦੀਆਂ ਨਾਜ਼ੀ। ਆਜ ਤੱਕ ਇਸ ਪ੍ਰੋਗਰਾਮ ਮੈਂ ਇਸ ਪਹਿਲੇ ਆਪਣੇ ਇਤਨਾ ਹਸੀਨ ਚਿਹਰਾ ਕਭੀ ਨਹੀਂ ਦੇਖਾ, ਹੋ ਗਰੰਟੀ ਕੇ ਸਾਥ ਕਹਿਤਾ। ਬੂਟਾ ਜੀ ਟਾਈਮ ਦੱਸਣਾ ਜ਼ਰਾ ਕੀ ਹੋਇਆ? ਉਹ ਅੱਜ ਟਾਈਮ ਹੋ ਗਿਆ 13:01 ਹੋ ਗਏ। ਉਹਨੇ ਕਿਹਾ ਨਾਮ ਬਿਸ਼ੀ ਖਾਨ ਸਾਹਿਬ, ਉਹ ਗਾਣਾ ਆਪਣੇ ਸੁਣਾ ਹੋਗਾ ਕਿ ਬਿਸ਼ੀ ਪੜੀ ਹੈ ਆਸ਼ਕੀ ਤੇਰੇ ਕਦਮੋਂ ਮੈਂ। ਕੈਮਰਾ ਜਿਹੜਾ ਮੂੰਹ ਇੱਧਰ ਕਰ, ਮੂੰਹ 'ਚ ਮਾਂ ਜਿਹੜਾ ਬੱਚਾ ਇਹਦਾ, ਤੌਬਾ ਵੇਖੋ ਇਹਨਾਂ ਦੇ ਸਿਰ 'ਚ ਫੋੜਾ ਨਿਕਲਿਆ ਸੀ, ਇਹਨਾਂ ਨੇ ਪਾਣੀ ਦੇ ਜਾ ਕੇ ਵੱਡਾ ਕਰ ਲਿਆ। ਸਮਝ ਨਹੀਂ ਲੱਗਦੀ ਕਿੱਦਾਂ ਉੱਧਰ ਵੇਖਾਂ ਮਾਂ। ਅੱਜ ਕਾ ਪ੍ਰੋਗਰਾਮ ਹੁਸਨ ਕੇ ਉੱਪਰ ਹੋਗਾ ਨਾ ਚਾਚਾ ਜੀ। ਕਿ ਅੱਜ ਤਾਂ ਬੜਾ ਨਜਾਬ ਪੱਥਰ ਲੱਭ ਕੇ ਲਿਆਂਦਾ। ਹਾਂ ਨਜਾਬ ਬੇਟੇ ਯਮਨੀ ਹੈ, ਯਮਨੀ ਹੁੰਦਾ ਨਾ ਜਿੱਦਾਂ ਠੰਡ ਦੇ ਵਿੱਚ ਲੋਕਾਂ ਨੂੰ ਕੰਬਣੀ ਲੱਗ ਜਾਂਦੀ ਨਾ, ਉੱਦਾਂ ਹੀ ਇਹ ਯਮਨੀ ਆ। ਇਸ ਕੇ ਹੁਸਨ ਕਾ ਰਾਜ ਅੱਜ ਹਮ ਜਾਣੇਂਗੇ। ਨਾਜ਼ਰੀਨ ਹਮ ਕਾਲੇ ਹੈ ਤੋ ਕਿਆ ਹੁਆ, ਦਿਲ ਵਾਲੇ ਹਮ ਤੇੜੇ ਤੇੜੇ ਚਾਹਨੇ ਵਾਲੇ ਹਾਂ। ਔਰ ਹਰ ਇਨਸਾਨ ਕੇ ਅੰਦਰ ਦਿਲ ਹੋਤਾ ਹੈ। ਚਲੋ ਪ੍ਰੋਗਰਾਮ ਕਾ ਆਗਾਜ਼ ਸ਼ੁਰੂ ਕਰਤੇ ਹੈ ਜੀ। ਬਿਸ਼ੀ ਖਾਨ ਸਾਹਿਬ ਆਪਣਾ ਜੋ ਮਸਲਾ ਜਿਸ ਲਈ ਆਏ ਵੋ ਆਪ ਬਤਾ। ਜੀ ਜੀ ਮੈਂ ਬੋਲਾਂ ਜੀ। ਬੋਲਣਾ ਲੇਕਿਨ ਮੂੰਹ ਜਿਹੜਾ ਬੜੇ ਨੂੰ ਕੱਢ ਕੇ ਮੇਰੇ ਵੱਲ ਜ਼ਿਆਦਾ ਤਵੱਜੋ ਕਰਕੇ ਨਹੀਂ ਬੋਲਣਾ ਨਾ ਮੇਰੇ ਕੁੜੀਆ। ਕੀ ਜਾਣੀ ਕਿ ਤੂੰ ਹੁੱਲੀਆ ਜਿਹੜਾ ਬਣਾਇਆ ਹੋਇਆ ਔਰ ਕਿਆ ਕਰਤੇ ਹੈ ਆਪ? ਦੇਖੋ ਜੀ ਮੇਰੀ ਗੱਲ ਸੁਣੋ ਜੀ ਚਾਚਾ ਬੂਟਾ ਜੀ, ਮੈਂ ਹੈਗਾ ਕਿੱਥੋਂ ਦਾ ਤੂੰ? ਐ ਜਿੱਥੋਂ ਮੈਂ ਆਇਆ। ਨਹੀਂ ਕਿਹੜੀ ਜਗ੍ਹਾ ਤਾਂ? ਕਿਹੜੀ ਮਤਲਬ? ਐ ਜਿੱਥੋਂ ਮੈਂ ਬੱਸ 'ਚ ਬੈਠਾ ਆਉਣ ਲੱਗਿਆ। ਉੱਥੋਂ ਦਾ? ਹਾਂ। ਅੱਛਾ ਯਾਨੀ ਜਿੱਥੇ ਬੱਸ ਖਲੋਤੀ ਸੀ ਉੱਥੋਂ ਦਾ? ਹਾਂਜੀ, ਬੱਸਾਂ 2 ਕਿਸਮ ਦੀਆਂ ਹੁੰਦੀਆਂ ਨੇ, ਇੱਕ ਖਲੋਤੀ ਹੁੰਦੀ ਹੈ, ਇੱਕ ਜਿਹੜੀ ਰੋਡ ਦੇ ਉੱਪਰ ਚੱਲਦੀ ਜੁਲਦੀ ਹੈ। ਮਸਲਾ ਕੀ ਆ? ਉਹ ਮਸਲੇ ਵੀ ਜਿਹੜੇ ਜੀ 2 ਕਿਸਮ ਦੇ ਜਿਹੜੇ ਹੁੰਦੇ ਨੇ। ਇੱਕ ਮਸਲਾ ਐਸਾ ਹੁੰਦਾ ਜੀ ਜਿਹੜਾ ਨਾ ਵੀ ਕੋਈ ਏਡੀ ਗੱਲ ਹੋਵੇ ਤਾਂ ਕੋਈ ਗੱਲ ਨਹੀਂ ਹੁੰਦੀ। ਇੱਕ ਐਸਾ ਹੁੰਦਾ ਜਿਹੜਾ ਟੈਨਸ਼ਨ ਹੁੰਦੀ। ਟੈਨਸ਼ਨ ਵੀ 2 ਕਿਸਮ ਦੀ ਹੁੰਦੀ, ਇੱਕ ਟੈਨਸ਼ਨ ਜਿਹੜੀ ਉਹ ਹਲਕੀ ਹੁੰਦੀ, ਇੱਕ ਜਿਹੜੀ ਸਿਹਤ ਹੀ ਖਰਾਬ ਕਰ ਦਿੰਦੀ। ਅੱਛਾ, ਸਿਹਤ ਵੀ 2 ਕਿਸਮ ਦੀ ਹੁੰਦੀ ਹੈ ਔਰ ਖਾਰਿਸ਼ ਵੀ। ਭਾਜੀ ਨੇ ਦੱਸੋ ਕਿ ਰੌਲਾ ਕੀ ਹੈ ਜੀ, ਹੋਇਆ ਕੀ ਤੁਹਾਡੇ ਨਾਲ? ਇਹ ਹੋਇਆ ਵੀ 2 ਕਿਸਮ ਦਾ ਹੁੰਦਾ ਜੀ। ਆਲਾ ਫੜ, ਇੱਕ ਤਾਂ ਉਹ ਹੁੰਦਾ ਨਾ ਜੀ ਜਿੱਦਾਂ ਮੈਂ ਹੋਇਆ, ਅਤੇ ਇੱਕ ਉਹ ਹੁੰਦਾ ਜਿਹੜਾ ਲੋਕ ਆ ਕੇ ਪੁੱਛਦੇ ਕਿੱਦਾਂ ਹੋਇਆ। ਬਸ ਇੱਦਾਂ ਹੀ ਹੈ ਬੂਟਾ ਜੀ। ਬੂਟੇ ਵੀ ਆਪਣਾ ਬੂਟਾ ਜੀ 2 ਕਿਸਮ ਦੇ ਹੁੰਦੇ ਨੇ, ਇੱਕ ਤੁਸੀਂ ਅਤੇ ਦੂਜਾ ਜਿਹੜਾ ਮੇਰੇ ਸਿਰ 'ਤੇ ਲੱਗਾ। ਕੀ ਹੋਇਆ? ਕੁਛ ਨਹੀਂ। ਇੱਕ ਉਹ ਹੁੰਦਾ ਜਦੋਂ ਬੰਦਾ ਦਾਸ ਖਲੋਤਾ ਹੋਵੇ ਤਾਂ ਕੋਈ ਆ ਕੇ ਪੁੱਛਦਾ ਓਏ ਕੀ ਹੋਇਆ, ਬੰਦਾ ਕਹਿੰਦਾ ਕੁਛ। ਤੂੰ ਬੇਟਾ ਇੱਦਾਂ ਕਰ, ਆਪਣੇ ਨਾਮ ਜਗ੍ਹਾ ਜਿਹੜਾ ਨਾ ਇੱਕ ਹੋਰ ਐਡ ਕਰ ਲਾ ਕਿ ਬਈ ਬਿਸ਼ੀ 2 ਕਿਸਮਾਂ ਵਾਲਾ। ਕਿਸਮਾਂ ਵੀ 2 ਹੁੰਦੀਆਂ ਨੇ। ਠਹਿਰ ਜਾ, ਸੁਣ ਲਓ ਨਾ ਮੈਂ ਕਹਿੰਦਾ। ਸੁਣ ਲੈਣਾ, ਤੇਰੀ ਹਰ ਕਿਸਮ ਅਸੀਂ ਸੁਣਾਂਗੇ। ਮੇਰੇ ਕੋਲ ਕਿਸ ਮਕਸਦ ਆਸਿਆ ਹੈ? ਮਕਸਦ ਵੀ 2 ਹੁੰਦੇ ਨੇ ਜੀ। ਇੱਕ ਤਾਂ ਉਹ ਹੁੰਦਾ ਨਾ ਜਿਸ ਮਕਸਦ ਲਈ ਮੈਂ, ਚਲੋ ਉਹਨੂੰ ਤਾਂ ਗੋਲੀ ਮਾਰੋ ਤੁਸੀਂ। ਦੂਜਾ ਹੁੰਦਾ ਜਿਹੜਾ ਲੋਕ ਕਹਿੰਦੇ ਨੇ ਕਿ ਤੇਰਾ ਕੀ ਮਕਸਦ ਸੀ ਵਿੱਚ। ਸਹੀ ਗੱਲ ਆ, ਗੱਲ ਵੀ 2 ਕਿਸਮ ਦੀ ਹੁੰਦੀ ਬੂਟਾ ਜੀ। ਇੱਕੋ ਗੱਲ ਆ ਜਿਹੜੀ ਹੁਣੇ ਕੀਤੀ ਤੁਸੀਂ। ਇੱਕ ਮਿੰਟ ਯਾਰ, ਤੇਰੀ ਮਿਹਰਬਾਨੀ, ਇੱਕ ਮਿੰਟ। ਆਸ਼ਕ ਸਾਹਿਬ। ਹਾਂਜੀ ਜਨਾਬ। ਤੂੰ ਕਿੰਨੇ ਕਿਸਮ ਦਾ ਆਸ਼ਕ ਆ? ਮੈਂ ਤੇ ਬੂਟਾ ਜੀ ਪਾਕਿਸਤਾਨ ਦੇ ਖਿਲਾਫ ਜੰਗ ਕਰਨ ਲਈ ਅਗਰ ਅਸਲਾ ਇਕੱਠਾ ਕੀਤਾ ਜਾਏ ਤੋ ਉਹਦੀ 10 ਸਾਲ ਸਜ਼ਾ। ਆਸ਼ਕ ਤੇਰੇ ਬੌਰਨ ਤੇ ਲੱਖ ਦੀ। ਬੌਰਨ ਯਾਨੀ ਪੈਦਾਇਸ਼? ਪੈਦਾਇਸ਼ ਵੀ 2 ਕਿਸਮ ਦੀ ਹੁੰਦੀ ਹੈ। ਚਲੋ ਜੀ, ਚਲੋ ਜੀ ਵੀ 2 ਕਿਸਮ ਦੇ ਹੁੰਦੇ ਆ। ਇੱਕ ਹੁੰਦਾ ਜਿਹੜਾ ਕੰਡਕਟਰ ਗੱਡੀ ਭਰ ਕੇ ਡਰਾਈਵਰ ਨੂੰ ਕਹਿੰਦਾ ਚਲੋ ਜੀ, ਅਤੇ ਡਰਾਈਵਰ ਵੀ 2 ਕਿਸਮ ਦੇ ਹੁੰਦੇ ਆ ਆਸ਼ਕ ਸਾਹਿਬ। ਡਰਾਈਵਰ ਵੀ ਜਿਹੜੇ 2 ਕਿਸਮ ਦੇ ਹੁੰਦੇ ਨੇ। ਇੱਕ ਡਰਾਈਵਰ ਹੁੰਦਾ ਜਿਹੜਾ ਕਿ ਗੱਡੀਆਂ ਗੁੱਡੀਆਂ ਮਤਲਬ ਕਿ ਚਲਾਉਂਦਾ, ਇੱਕ ਡਰਾਈਵਰ ਉਹ ਹੁੰਦਾ ਜਿਹੜਾ ਕਿ ਤੁਸੀਂ ਵਿੰਡੋ ਤੋਂ ਬਾਅਦ ਕੰਪਿਊਟਰ 'ਚ ਕਰਦੇ ਮਸਲਨ ਕਿ ਆਡੀਓ ਦਾ ਡਰਾਈਵਰ, ਵੀਡੀਓ ਦਾ ਡਰਾਈਵਰ ਜਨਾਬ, ਕਾਫੀ ਸਾਰੇ ਡਰਾਈਵਰ, ਕਿੰਨੀਆਂ ਕਿਸਮਾਂ ਦੇ ਹੁੰਦੇ ਨੇ। ਕਿਸਮਾਂ ਵੀ 2 ਕਿਸਮ ਦੀਆਂ ਹੁੰਦੀਆਂ ਨੇ।
ਇੱਕ ਕਿਸਮ ਹੁੰਦੀ ਹੈ ਜਿਹੜੀ ਮਤਲਬ ਕਿ ਇਨਸਾਨੀ ਕਿਸਮ ਹੁੰਦੀ ਹੈ, ਇੱਕ ਕਿਸਮ ਆ ਹੁੰਦੀ ਜਿਹੜੀ ਸਾਹਮਣੇ ਬੈਠੀ। ਜੀ 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 ਵੀ ਦੋ ਕਿਸਮ ਦੇ ਹੁੰਦੇ ਨੇ, ਇੱਕ ਜੀ ਉਹ ਹੁੰਦਾ ਜਿਹੜਾ ਤੈਨੂੰ ਵੇਖਣ ਨੂੰ ਨਹੀਂ ਕਰਨ ਦਿਆ, ਅਤੇ ਦੂਜਾ ਜੀ ਉਹ ਹੋਣਾ ਜਿਹੜਾ ਤੇਰੀ ਵੱਖੀ 'ਚ ਠੁੱਡਾ ਵੱਜਣ ਤੋਂ ਬਾਅਦ ਤੈਨੂੰ ਕਿਸੇ ਨੇ ਪੁੱਛਣਾ ਕਿ ਇਹ ਬੂਟੇ ਨੇ ਮਾਰਿਆ, ਤੂੰ ਕਹਿਣਾ ਜੀ। ਦੇਖੋ ਜੀ, ਉਹ ਤੂੰ ਕੀ ਕਰਨ ਦੀਆਂ, ਤੇਰਾ ਦਿਮਾਗ ਠੀਕ ਆ? ਉਹ ਬੂਟਾ ਜੀ ਦਿਮਾਗ ਵੀ ਦੋ ਕਿਸਮ ਦੇ ਹੁੰਦੇ ਨੇ। ਦੇਖੋ ਇੱਕ ਦਿਮਾਗ ਉਹ ਹੈ ਜਿਹੜਾ ਯਾਨੀ ਕਿ ਜਿੱਦਾਂ ਮੇਰਾ ਹੈ ਅਤੇ ਉਹ ਠੀਕ ਹੈ, ਦੂਜਾ ਦਿਮਾਗ ਜਿਹੜਾ ਉਹ ਤੁਹਾਡਾ ਹੁੰਦਾ ਜਿੱਦਾਂ ਐਕਸਪਾਇਰ। ਤੂੰ ਜ਼ਿਹਨੀ ਮਰੀਜ਼ ਤਾਂ ਨੇ, ਉਹ ਜ਼ਿਹਨੀ ਮਰੀਜ਼ ਵੀ ਬੂਟਾ ਜੀ ਦੋ ਕਿਸਮ ਦੇ ਹੁੰਦੇ ਨੇ। ਤੁਸੀਂ ਕਰ ਲਓ ਗੱਲ, ਕੋਈ ਗੱਲ ਵੀ ਦੋ ਕਿਸਮ ਦੀ ਬੂਟਾ ਜੀ, ਇੱਕ ਹੁੰਦੀ ਜਿਹੜਾ ਬੰਦਾ ਕਹਿੰਦਾ ਤੂੰ ਕੀ ਗੱਲ ਕਰ ਰਿਹਾ, ਦੂਜੀ ਉਹ ਹੁੰਦੀ ਜਿਹੜਾ ਬੰਦਾ ਕਹਿੰਦਾ ਤੂੰ ਗੱਲ ਹੀ ਨਾ ਕਰ ਰਹੇ ਤੂੰ। ਨਾਜ਼ਰੀਨ ਬ੍ਰੇਕਾਂ ਵੀ ਦੋ ਕਿਸਮ ਕੀ ਹੋਤੀਆਂ, ਉਹਨਾਂ ਮੈਂ ਸੇ ਇੱਕ ਹਮ ਲੈ ਕੇ ਵਾਪਸ ਆਤਿਆ। ਵੈਲਕਮ ਬੈਕ ਨਾਜ਼ਰੀਨ। ਨਾਜ਼ਰੀਨ ਆਪ ਬ੍ਰੇਕ ਮੈਂ ਮੈਨੇ ਸਮਝਾ ਦਿਆ, ਜਬ ਕਿਸੀ ਕਿਸਮ ਕੋਈ ਕਿਸਮ ਨਹੀਂ ਕਹੇਗਾ। ਚਲੋ ਜਲਦੀ ਜ਼ਰਾ ਆਪਣਾ ਮਸਲਾ ਜ਼ਰਾ ਦੱਸ ਦਿਓ। ਮਸਲਾ ਹੀ ਤਾਂ ਮੈਂ ਦੱਸਣ ਦੀ ਕੋਸ਼ਿਸ਼, ਬਹੁਤਾ ਬੂਟੇ ਵਾਲ ਮੂੰਹ ਕਰਕੇ ਨਾ ਗੱਲ ਕਰ ਬੇਟਾ, ਇੱਧਰ ਕੈਮਰਾ ਲਗਾ, ਇੱਧਰ ਨੂੰ ਵੇਖ, ਇੱਕ ਸਾਈਡ ਤੇਰੀ ਨਜ਼ਰ ਆਉਂਦੀ ਹੈ ਜਿਹੜੀ ਬੂਟੇ ਵਾਲਾ, ਉਹ ਸਾਨੂੰ ਪਤਾ ਹੀ ਨਹੀਂ ਲੱਗਦਾ, 92 ਮੂੰਹ ਆ ਰਿਹਾ। ਵੈਸੇ ਵੀ ਅਸੀਂ ਤਾਂ ਰੱਜ ਗਏ ਤੇਰਾ ਮੂੰਹ ਵੇਖ ਕੇ, ਲੇਕਿਨ ਅੱਗੋਂ ਸਾਡੀ ਹੁਣ ਮਜਬੂਰੀ, ਵੇਖਣਾ ਪੈਣਾ। ਚਾਚਾ ਬੂਟਾ ਜੀ ਬਹੁਤ ਅੱਛੇ ਇਨਸਾਨ ਨੇ, ਹਾਂਜੀ ਬਹੁਤ ਵੱਡਾ ਮੈਂ ਫੈਨ ਹਾਂ। ਚਲੋ ਹੁਣ ਫਿਰ ਮਸਲਾ ਦੱਸ ਦਿਓ, ਮੈਂ ਵੀ ਐਜ਼ ਏ ਵਕੀਲ ਤੁਹਾਨੂੰ ਮਸ਼ਵਰਾ ਦੇ। ਬਿਸ਼ੂ ਮੇਰਾ ਤੈਨੂੰ ਦੱਸਿਆ ਕਿੰਨੇ ਸੀ? ਕੀ ਮਤਲਬ? ਮੈਂ ਪੁੱਛ ਰਿਹਾ ਹੂੰ ਕਿ ਆਪਕੋ ਕਿਸਨੇ ਕਹਾ ਥਾ ਕਿ ਬੂਟੇ ਕੇ ਪ੍ਰੋਗਰਾਮ ਮੈਂ ਚਲੇ ਜਾ? ਕਿਸੇ ਦੋਸਤ ਨੇ ਬਤਾਇਆ, ਕਿਸੇ ਚਲਕ ਵਾਲੇ ਨੇ ਬਤਾਇਆ? ਸਾਡੀ ਗਲੀ ਦੀ ਆਖਰੀ ਨੁੱਕਰ ਤੇ ਕੋਈ ਦੋਸਤ ਰਹਿੰਦਾ? ਬਿਲਕੁਲ ਨਹੀਂ, ਛੋਟੀ ਜਿਹੀ ਇੱਕ ਕਰਿਆਨੇ ਦੀ ਦੁਕਾਨ ਹੈ, ਉਹਦੇ ਸਾਹਮਣੇ ਇੱਕ ਚੱਕੀ ਵਾਲਾ, ਉੱਥੇ ਮੈਂ ਇੱਕ ਦਿਨ ਬੈਠਾ ਸੀ। ਉਹਨੇ ਦੱਸਿਆ? ਨਹੀਂ ਉਹਨੇ ਨਹੀਂ ਦੱਸਿਆ। ਫਿਰ ਕਿੰਨਾ? ਉਹੀ ਤਾਂ ਸੁਣਾਉਣ ਲੱਗਣਾ। ਸੁਣਾ। ਕੀ ਸੁਣਾਵਾਂ, ਕੀ ਮਤਲਬ? ਉਹ ਕਿੰਨਾ ਮੇਰਾ ਦੱਸਿਆ। ਦੱਸਣਾ ਕਿੰਨੇ ਯਾਰ, ਆਹ ਪਤਾ ਸੀ ਮੈਨੂੰ। ਉਹ ਭਾਈ ਇੱਥੇ ਕਿਸ ਕੰਮ ਆਇਆ? ਭਾਈ ਜਾਨ ਮੇਰੀ ਵਾਲਦਾ ਦੀ ਇੱਕ ਸਹੇਲੀ ਸੀ। ਮੇਰੇ ਮਾਲਕਾ ਮੈਨੂੰ ਚੁੱਕ ਲਾ। ਅਸਲ 'ਚ ਚਾਚਾ ਜੀ ਗੱਲ ਇਹ ਹੈ ਕਿ ਤੇਰੇ ਕੋਲੋਂ ਇਹ ਕਾਫ਼ੀ ਡਰਿਆ ਹੋਇਆ, ਇਸ ਲਈ ਨਾ ਉਹਨੂੰ ਸਮਝ ਨਹੀਂ ਲੱਗਣ ਦੀ ਕਿ ਗੱਲ ਕੀ ਕਰੇ। ਭਾਈ ਜਾਨ ਤੁਸੀਂ ਹੁਣ ਸਾਡੇ ਕੋਲ ਆ ਗਏ ਜੇ, ਡਰਨ ਦੀ ਕੋਈ ਗੱਲ ਨਹੀਂ। ਕੋਈ ਪੁਲਿਸ ਵਾਲਾ ਹੋ, ਕੋਈ ਬਦਮਾਸ਼ ਹੋ, ਕੋਈ ਚੌਧਰੀ ਹੋ, ਕੋਈ ਜਗੀਰਦਾਰ ਹੋ, ਆਪ ਇੱਧਰ ਆ ਗਏ ਹੈ, ਆਪਕੋ ਕੋਈ ਟੈਨਸ਼ਨ ਨਹੀਂ। ਜੋ ਸੱਚੀ ਸੱਚੀ ਬਾਤ ਹੈ, ਸਹੀ ਜੋ ਬਾਤਾਂ ਹੈ ਜੋ ਆਪ ਛੁਪਾ ਰਹੇ ਹੈ ਔਰ ਇੱਧਰ ਉੱਧਰ ਕਿਵੇਂ ਮਾਰੀ ਜਾ ਰਹੇ ਹੈ, ਤੋ ਸਹੀ ਸਹੀ ਆਪ ਬਤਾਓ। ਸ਼ੁਰੂ ਸੇ ਬੇਸ਼ੱਕ ਬਤਾਓ ਕਿ ਕਿਆ ਹੋ, ਆਪ ਕਿਸ ਮਸਲੇ ਕੇ ਲਈ ਆਏ ਹੋ, ਸਾਰਾ ਕੁਝ ਜਿਹੜਾ ਦੱਸ ਦੇ। ਭਾਜਨ ਕਲਮਾ ਚੌਕ ਦੀ ਗਏ, ਦੇਸੀ ਆਂਡਾ ਕਿੰਨੇ ਦਾ ਹੁੰਦਾ? ਇੱਕ 15 ਰੁਪਏ ਦਾ। ਫਰਨੀਚਰ ਦੀ ਲੋੜ ਤਕਰੀਬਨ ਹਰ ਘਰ ਦੇ ਵਿੱਚ ਹੀ ਹੁੰਦੀ ਹੈ ਨਾ ਜੀ, ਅਤੇ ਮੈਂ ਜੋ ਇੱਕ ਆਪਣਾ ਫੁੱਟਬਾਲ ਦਾ ਪਲੇਅਰ ਹਾਂ, ਅਤੇ ਪੁੱਛਣ ਚੱਲੇ ਜਦੋਂ ਕਹਿੰਦੇ ਘਰ ਨਹੀਂ ਹੈਗਾ ਕਾਹ ਤੋਂ? ਦੇਖੋ ਸੜਕ ਵੀ ਟੁੱਟੀ ਹੋਵੇ ਤਾਂ ਕਹੋ ਝਟਕ ਵੀ ਨਾ ਲੱਗਣ। ਇਸੇ ਗੱਲ ਤੋਂ ਬਹਿਸ ਹੋਈ, ਮੈਂ ਕਿਹਾ ਮੇਰੇ ਤੁਸੀਂ ਬਾਪ ਜੀ, ਮੈਂ ਤੁਹਾਡੇ ਨਾਲ ਕੀ ਐਸੀ ਗੱਲ ਕਰਨੀ ਹੈ? ਕਹਿੰਦੇ ਚੁੱਕੇ ਉੱਤੇ ਰੱਖ, ਟਾਂਗਾ ਕਿੱਧਰੋਂ ਆ ਗਿਆ? ਦਵਾਈ ਗਲਤ ਖਾਧੀ ਤਾਂ ਮਰ ਗਿਆ, ਮੈਂ ਕਿਉਂ ਦੁਕਾਨ ਖੋਲ੍ਹਾਂ? ਉਹਨੇ ਹਾਫ ਟੈਂਡ ਵਾਲੇ, ਹਾਂ ਉਹਨੇ ਮੇਰੇ ਪਿੱਛੋਂ ਗੱਲ ਜ਼ਰੂਰ ਕੀਤੀ ਹੋਣੀ ਹੈ। ਉਹ ਤੈਨੂੰ ਕੀ ਤਕਲੀਫ ਹੈ ਯਾਰ, ਕਿਸ ਕਿਸਮ ਦਾ ਬੰਦਾ ਯਾਰ ਤੂੰ? ਬੰਦਾ ਦੋ ਕਿਸਮ ਦਾ ਹੁੰਦਾ। ਉਹ ਕਿੱਦਾਂ ਬਈ? ਤੂੰ ਜਾ ਜਿੱਥੋਂ ਮਰਜ਼ੀ ਪਤਾ ਕਰ। ਉਹ ਯਾਰ ਤੂੰ, ਮੈਂ ਤਾਂ ਬੈਠਾ ਹਾਂ ਇੱਥੇ, ਮੈਨੂੰ ਕਿਸੇ ਦਾ ਕਾਹਦਾ ਡਰ, ਮੈਨੂੰ ਭਾਰ ਹੀ ਕਿਸੇ ਦਾ ਕੋਈ ਨਹੀਂ। ਮਰ ਜਾ। ਫਿਰ ਉਹੀ ਗੱਲ, ਦੁਕਾਨ ਦੀ ਬੇਸਮੈਂਟ ਦੇ ਵਿੱਚੋਂ ਜੋ ਉਹਨੇ ਮੈਨੂੰ ਫੜ ਲਿਆ। ਬੂਟੇ ਪ੍ਰੋਗਰਾਮ ਦਾ ਟਾਈਮ ਪੂਰਾ ਹੁੰਦਾ ਯਾਰ। ਚੱਲ ਅੱਛਾ, 7 ਕਾਰੀਗਰ ਉੱਥੇ ਲੱਗੇ ਸੀ, ਅਤੇ ਦੋ ਜਣੇ ਨੇ ਮੇਰੀਆਂ ਲੱਤਾਂ ਫੜ ਲਈਆਂ, ਤੋ ਦੋ ਨੇ ਮੇਰੀਆਂ ਬਾਹਾਂ ਫੜ ਲਈਆਂ, ਉਹਨਾਂ ਨੇ ਟਿੰਡ ਕਰਤੀ, ਅਤੇ ਮੈਂ ਕਿਹਾ ਚਲੋ ਟਿੰਡ ਤਾਂ ਹੋ ਹੀ ਗਈ ਹੈ, ਹੁਣ ਇਹਨੂੰ ਸਟਾਈਲ ਬਣਾ ਲੈਂਦੇ। ਮੈਂ ਕਿਹਾ ਆਕੜ ਮੇਰੇ 'ਚ ਵੀ ਘੱਟ ਨਹੀਂ। ਅੱਛਾ, ਇਹ ਉਹਨੂੰ ਗੱਲ ਕਹਿਤੀ ਤੁਸੀਂ? ਹਾਂਜੀ, ਹਮਸਾਏ ਤਾਂ ਹਮਸਾਏ ਹੁੰਦੇ ਨਾ ਫਿਰ। ਬਾਕੀ ਮੈਂ ਤਾਂ ਐਂ ਤੁਹਾਡੇ ਕੋਲ ਕਿ ਮੈਨੂੰ ਹੁਣ ਇਨਸਾਫ ਚਾਹੀਦਾ, ਜਾਂ ਮੇਰਾ ਸਮਾਨ ਵਾਪਸ ਕਰਾ ਦਿਓ ਜਾਂ ਮੇਰੇ ਵਾਲ ਵਾਪਸ ਕਰਾ ਦਿਓ। ਔਰ ਵੈਸਟਰਨ ਡੀਜ਼ ਦੇ ਮਾਸਟੀ, ਤੂੰ ਮੁਝੇ ਇਹ ਬਤਾ, ਆਪ ਕੋ ਕੋਈ ਟਰੱਕ ਨੇ ਟੱਕਰ ਮਾਰੀ, ਕੋਈ ਲੜਾਈ ਦੇ ਵਿੱਚ ਕੋਈ ਇੱਟ ਵੱਜੀ? ਦੇਖਿਆ ਤੁਸੀਂ, ਉਹੀ ਗੱਲ ਕਰਤੀ ਨਾ ਜਿਹਦਾ ਮੈਨੂੰ ਡਰ ਸੀ। ਵਕਤੀ ਤੌਰ 'ਤੇ ਠੀਕ ਹੈ, ਲੇਕਿਨ ਬਾਅਦ 'ਚ ਟੈਨਸ਼ਨ ਹੁੰਦੀ, ਆਪੇ ਪੁੱਛ ਲਾ। ਕਿਨੂੰ? ਉਹ ਛੱਡ, ਉਹ ਤਾਂ ਐਵੇਂ ਫਜ਼ੂਲ ਯਾਰ, ਮੇਰੀ ਬਰਦਾਸ਼ ਮੁੱਕ ਗਈ ਹੁਣ। ਤੁਹਾਡੀ ਕਾਹਦੀ ਗੱਲ, ਗੱਲ ਤਾਂ ਮੈਂ ਉਸ ਉਹਦੇ ਨਾਲ ਕਰਨੇ ਆ, ਦੁਕਾਨ ਦੇ ਬਿਲਕੁਲ ਅੱਗੇ ਜਦੋਂ ਰੇਹੜੀ ਲਾਉਣੀ ਤਾਂ ਅਗਲੇ ਨੇ ਤਾਂ ਬੋਲਣਾ ਹੀ ਹੈ, ਮੁਝੇ 9 ਲੱਖਾਂ ਮੰਗਾ ਦੇ ਰਿਹਾ ਸਈਆਂ ਦੀਵਾਨੇ। ਓਏ ਬਸ ਓਏ ਚੁੱਪੋ ਨਾਜ਼ਰੀਨ, ਮੇਰਾ ਖਿਆਲ ਆ ਕਿ ਮੇਰੇ ਕੋਲ 4 ਸਾਲਾਂ 'ਚ ਪਹਿਲੀ ਵਾਰੀ ਗਲਤੀ ਹੋਈ ਹੈ। ਕੈਸਾ ਮੋਬਾਇਲ ਨਾ ਭਰੀ ਟਾਕੀ ਵਰਗਾ ਤੇਰਾ ਮੂੰਹ ਆ। ਬੂਟਾ ਜੀ ਇੱਦਾਂ ਤਾਂ ਫਿਰ ਗੱਲ ਵਧਣੀ ਹੈ ਨਾ, ਤੁਸੀਂ ਇਹ ਦੇਖੋ ਪਹਿਲੇ ਗਾਲ ਕਿੰਨੇ ਕੱਢੀ। ਗਾਲ ਵੀ ਕਿਸੇ ਨੇ ਕੱਢੀ? ਹਾਂਜੀ। ਫਿਰ ਸਿਰਫ ਤੂੰ ਹੀ ਸੁਣੀ ਹੋਣੀ ਬੇਟੇ, ਲੈਪਟੋਪ 'ਤੇ ਲੈ ਕੇ ਦਿਓ ਨਾ ਮੇਰਾ ਹੁਣ। ਅੱਛਾ, ਕੋਈ ਸੋਟੀ ਹੈ? ਚਾਚਾ ਜੀ ਸੋਟੀ ਨੂੰ ਤੁਸੀਂ ਛੱਡੋ, ਬਰੇ ਆਜ਼ਮ ਏਸ਼ੀਆ ਦੇ ਜਿੰਨੇ ਵੀ ਮਮਾਲਕ ਨੇ ਜੀ ਜੀ, ਜਿਹਨ ਕੀ ਪਾਕਿਸਤਾਨ ਕੇ ਸਾਥ ਦੋਸਤੀ ਹੈ, ਫੰਬਲ ਹੋ ਗਿਆ, ਅੱਛੇ ਮਰਾਸਮ ਹੈ, ਅਗਰ ਉਹਨਕੇ ਖਿਲਾਫ਼ ਕੋਈ ਸਾਜ਼ਿਸ਼ ਕਰੇ ਜਾਂ ਕੋਈ ਜੰਗ ਬੰਦੀ ਕੀ ਮੁਤਲਕ ਬੈਠ ਕੇ ਕੋਈ ਬਾਤ ਕਰੇ, ਪਲੈਨਿੰਗ ਕਰੇ, ਤੋ 7 ਸਾਲ ਕੀ ਸਜ਼ਾ ਹੋਤੀ। ਮਮਾਲਕ ਵੀ ਦੋ ਕਿਸਮ ਕੇ ਹੋਤੇ ਹੈ, ਦੋਨੋਂ ਕਾ ਮੁਝੇ ਨਹੀਂ ਪਤਾ। ਦੇਖੋ, ਇੱਕ ਮਸਾਲਾ ਤੁਹਾਨੂੰ ਕੋਈ ਕਤਲ ਕਰਦਾ, ਉਹਨੂੰ ਸਜ਼ਾਏ ਮੌਤ ਤਾਂ ਹੋਏਗੀ, ਬਾਅਦ 'ਚ ਉਹਦੇ ਘਰਦਿਆਂ ਨੂੰ 20 ਲੱਖ ਇਨਾਮ ਵੀ ਦਿੱਤਾ ਜਾਏਗਾ। ਮੈਨੂੰ ਕਤਲ ਕਰਨ ਵਾਲਾ?
ਉਹ ਜਾ ਸਕੋ ਮਾਈ ਦਾ ਲਾਲ ਜੰਮਿਆ ਨਹੀਂ ਲੈ ਜਿਹੜਾ ਬੂਟੇ ਨੂੰ ਹੱਥ ਵੀ ਲਾ ਸਕੇ ਬੇਟੇ ਮਾਰਨਾ ਤਾਂ ਬਹੁਤ ਦੂਰ ਦੀ ਗੱਲ ਅੱਛਾ ਇਹਦਾ ਕੀ ਕਰਨਾ ਹੁਣ ਜਿਹਨੂੰ ਬੁਲਾਇਆ ਹੀ ਅੱਜ ਇਹ ਤੂੰ ਦੱਸ ਨਾ ਤੇਰਾ ਇਮਤਿਹਾਨ ਆ ਬੇਟੇ ਅੱਜ ਤੂੰ ਇੰਨਾ ਵਕੀਲ ਵੱਡਾ ਇੱਥੇ ਬਣ ਕੇ ਬੈਠਾ ਹੋਣਾ ਮੈਂ ਬਤਾਤਾ ਹੂੰ ਇਸਕਾ ਜੋ ਮਸਲਾ ਵੋ ਪਤਾ ਕਿਸ ਕੇ ਸਾਥ ਹੈ ਉਨ ਲੋਕਾਂ ਸੇ ਜਿਨ੍ਹਾਂ ਨੇ ਇਸਕੀ ਟਿੰਡ ਕੇ ਯਾਰ ਇਹਨੇ ਤੇ 1024 ਲੱਖ ਗੱਲਾਂ ਕੀਤੀਆਂ ਨੇ ਹੁਣ ਮੈਂ ਕਿਹਦੇ ਦਾ ਜਵਾਬ ਦੇਵਾਂ ਵੇ 5 ਸਕਿੰਟ ਦੇ ਵਿੱਚ 7 ਤੇ ਟੌਪਿਕ ਬਦਲਦਾ ਅਗਲਾ ਤੇ ਫਿਰ ਤੂੰ ਕਾਹਦਾ ਵਕੀਲ ਨਾ ਬਣ ਲੈ ਫਿਰ ਮੈਂ ਤੈਨੂੰ ਦੱਸ ਦਿੰਦਾ ਚੱਲ ਓਏ ਸਿੱਧੀ ਤਰ੍ਹਾਂ ਦੱਸ ਦੇ ਤੈਨੂੰ ਮਸਲਾ ਕੀ ਹੈ ਯਾਰ ਮੈਂ ਤੇ ਤੁਹਾਡਾ ਦੋਵਾਂ ਦਾ ਬੜਾ ਨਾਂ ਸੁਣਿਆ ਸੀ ਯਾਰ ਹਾਂ ਤੇ ਫਿਰ ਫੇਕ ਹੀ ਐਵੇਂ ਬਸ ਫੇਕੇ ਹੀ ਆ ਯਾਰ ਤੁਸੀਂ ਜਾਂ ਕੌਨਫੀਡੈਂਸ ਚੈੱਕ ਕਰ ਚੱਲ ਓਏ ਛੇਤੀ ਦੱਸ ਜਨਾਬ 2-4 ਦਿਨ ਉਹਨਾਂ ਨੇ ਮੈਨੂੰ ਉੱਥੇ ਰੱਖਿਆ ਗਾੜੀ 'ਚ ਅੱਖਾਂ ਬੰਦ ਕਰਕੇ ਨਾ ਮੇਰੀਆਂ ਅੱਖਾਂ 'ਤੇ ਪੱਟੀ ਬੰਨ ਕੇ ਨਾ ਮੈਨੂੰ ਫੀਸ ਵੀ ਲੀਲਾ ਪਤਾ ਨਹੀਂ ਕਿੱਥੇ ਸਿੱਟ ਆਏ ਪੂਰੇ ਮਹੱਲੇ 'ਚ ਤੁਹਾਡੇ 'ਚ ਤੁਹਾਨੂੰ ਕੋਈ ਮੂੰਹ ਲਾਉਂਦਾ ਵੈਸੇ ਜਨਾਬ ਅੱਲਾ ਦਾ ਬੜਾ ਸ਼ੁਕਰ ਹੈ ਮਹੱਲੇ ਦੇ ਜਿੰਨ ਚੜੇਲਾਂ ਬਹੁਤ ਇੱਜ਼ਤ ਮੇਰੀ ਕਰਦੇ ਨੇ ਪਰ ਮੈਂ ਕਦੇ ਮੂੰਹ ਹੀ ਨਹੀਂ ਲਾਇਆ ਕਿਉਂ ਦੌਰ ਕਿਹੜਾ ਜਾ ਰਿਹਾ ਕਾਲਾ ਇਲਮ ਵੀ ਕਰਨਾ ਤੁਹਾਨੂੰ ਆਉਂਦਾ ਹੋਣਾ ਕਾਲਾ ਇਲਮ ਕਾਲੇ ਰੰਗ ਵਾਲੇ ਕਰਨ ਮੈਂ ਕਾਹਤੋਂ ਕਰਾਂ ਨਾਜ਼ਰੀਨ ਨੇ ਕੋ ਛੋਟਾ ਜਿਹਾ ਵਕਫਾ ਮਿਲਤਾ ਇੱਕ ਸ਼ਾਰਟ ਬ੍ਰੇਕ ਕੇ ਬਾਅਦ